ਪਹਿਲਾ ਪ੍ਰੋਗਰਾਮ ਹੈ। ਇਸ ਵਿੱਚ ਤਿੰਨ ਨਾਟਕ ਹੋਣਗੇ। ਪਹਿਲਾ ਵੀਰਤਾ ਜੰਗਲ ਦੀ ਚੀਕ, ਦੂਜਾ ਚੂੜੇ ਵਾਲੀ ਬਾਂਹ ਪ੍ਰੀਤ ਸਿੰਘ, ਤੀਜਾ ਮਾਂ ਕਾ ਖਤ ਹਿੰਦੀ ਸੋਲੋ ਨਾਟਕ। ਸੋਲੋ ਨਾਟਕ ਨੇ ਤਿੰਨੇ। ਪਹਿਲਾਂ ਤਾਂ ਸਾਡੇ ਇਸ ਥੀਏਟਰ ਦੇ ਸਰਪ੍ਰਸਤ ਸਰ ਨਿਰਭੈ ਧਾਲੀਵਾਲ ਜੀ, ਅਸੀਂ ਉਹਨਾਂ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਅੱਜ ਉਹਨਾਂ ਦਾ ਜਨਮਦਿਨ ਵੀ ਹੈ ਅਤੇ ਜਿੰਨੇ ਵੀ ਪਤਵੰਤੇ ਪਹੁੰਚੇ ਨੇ ਸਾਡਾ ਨਾਟਕ ਦੇਖਣ ਦੇ ਲਈ, ਸਾਰਿਆਂ ਨੂੰ ਜੀ ਆਇਆਂ। ਦੂਜੀ ਗੱਲ, ਅੱਜ ਮਜ਼ਦੂਰ ਦਿਵਸ ਹੈ, 1 ਮਈ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਈਏ ਕਿ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਹੈ। ਅਮਰੀਕਾ ਦੇ ਵਿੱਚ ਇੱਕ ਸ਼ਹਿਰ ਹੈ ਸ਼ਿਕਾਗੋ, ਜਿਸ ਤਰ੍ਹਾਂ ਆਪਾਂ ਸਾਡੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਕਿਸਾਨਾਂ ਮਜ਼ਦੂਰਾਂ 'ਤੇ ਤਸ਼ੱਦਦ ਹੋ ਰਹੇ ਨੇ, ਜਾਂ ਪਿੱਛੇ ਆਪਾਂ ਦੇਖਿਆ ਕਿਸਾਨੀ ਅੰਦੋਲਨ ਦੇ ਵਿੱਚ ਕਿੰਨੇ ਤਸ਼ੱਦਦ ਹੋਏ ਨੇ, ਉਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਵੀ ਕਿਸਾਨਾਂ ਤੋਂ ਮਜ਼ਦੂਰਾਂ ਤੋਂ 14-14, 15-15 ਘੰਟੇ ਜਿਹੜਾ ਕੰਮ ਲਿਆ ਜਾਂਦਾ ਸੀ। ਸੋ ਉਸ ਕੰਮ ਦੇ ਘੰਟੇ ਨਿਸ਼ਚਿਤ ਕਰਾਉਣ ਦੇ ਲਈ ਸ਼ਿਕਾਗੋ ਦੇ ਸ਼ਹਿਰ ਦੇ ਵਿੱਚ, ਅਮਰੀਕਾ ਦੇ ਵਿੱਚ, ਕਿਸਾਨਾਂ ਮਜ਼ਦੂਰਾਂ ਨੇ ਮਿਲ ਕੇ ਇੱਕ ਬਹੁਤ ਵੱਡੀ ਹੜਤਾਲ ਕੀਤੀ ਸੀ, ਜਿੱਥੇ ਸਮੇਂ ਦੀ ਸਰਕਾਰ ਨੇ ਗੋਲੀਆਂ ਚਲਾਤੀਆਂ ਸੀ ਅਤੇ ਬਹੁਤ ਸਾਰੇ ਮਜ਼ਦੂਰ ਕਿਸਾਨ ਮਾਰੇ ਗਏ ਸੀ 1886 ਦੇ ਵਿੱਚ। ਅਤੇ ਉਸ ਤੋਂ ਬਾਅਦ ਉਹ 2-3 ਸਾਲ ਉਹ ਅੰਦੋਲਨ ਚੱਲਦਾ ਰਿਹਾ, ਕਦੇ ਕਿਤੇ ਕਦੇ ਕਿਤੇ। ਤਾਂ ਫਿਰ 1899 ਦੇ ਵਿੱਚ ਇੱਕ ਕਾਨਫਰੰਸ ਹੋਈ ਸੀ, ਜਿਸਦੇ ਵਿੱਚ ਉੱਥੋਂ ਦੀ ਸਰਕਾਰ ਨੇ ਇੱਕ ਦਿਨ ਨਿਸ਼ਚਿਤ ਕਰਤਾ ਸੀਗਾ ਕਿ ਇਸ ਦਿਨ ਤੋਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ 1899 ਵਿੱਚ ਮੰਨ ਲਈਆਂ ਨੇ। ਤਾਂ ਫਿਰ ਉਸ ਮੰਗਾਂ ਮੰਨਣ ਦੇ ਦਿਨ ਨੂੰ ਹਰ ਸਾਲ ਮਨਾਉਣ ਦੇ ਲਈ ਕਿਸਾਨਾਂ ਮਜ਼ਦੂਰਾਂ ਨੇ ਮਿਲ ਕੇ ਇੱਕ ਦਿਨ ਨਿਸ਼ਚਿਤ ਕੀਤਾ 1890 ਦੇ ਵਿੱਚ, 1 ਮਈ 1890, ਜਿਹਨੂੰ ਮਜ਼ਦੂਰ ਦਿਵਸ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਗੱਲ ਪਹੁੰਚਦੀ ਰਹੀ ਅਤੇ ਸਾਡੇ ਭਾਰਤ ਦੇ ਵਿੱਚ 1 ਮਈ 1923 ਨੂੰ ਇਹ ਦਿਨ ਜਿਹੜਾ ਮਨਾਇਆ ਜਾਣ ਲੱਗਾ। ਇੱਕ ਗੱਲ ਹੋਰ ਦੱਸਦੇ ਹਾਂ ਕਿ ਜਿਵੇਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਿਆ ਜਾਂ ਕਿਤੋਂ ਹੋਰ ਪੜ੍ਹਿਆ ਹੈਗਾ ਕਿ ਪਹਿਲਾਂ ਕਿਸਾਨ ਮਜ਼ਦੂਰ ਜਿਹੜਾ ਉਹਨਾਂ ਦਾ ਝੰਡਾ ਹੁੰਦਾ ਸੀ ਉਹਦਾ ਰੰਗ ਚਿੱਟਾ ਹੁੰਦਾ ਸੀ, ਸ਼ਾਂਤੀ ਦਾ ਪ੍ਰਤੀਕ। ਪਰ ਜਦੋਂ ਉੱਥੇ ਗੋਲੀਆਂ ਚਲਾਈਆਂ ਗਈਆਂ ਅਤੇ ਉਹ ਖੂਨ ਦੇ ਵਿੱਚੋਂ ਰੰਗ ਲੈ ਕੇ, ਖੂਨ ਦੇ ਰੰਗ ਵਜੋਂ ਜਿਹੜਾ ਝੰਡੇ ਦਾ ਰੰਗ ਸੀ ਉਹ ਲਾਲ ਝੰਡਾ ਲਹਿਰਾਇਆ ਜਾਣ ਲੱਗਾ। ਸੋ ਅਸੀਂ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਨਮਨ ਕਰਦੇ ਹਾਂ, ਉਹਨਾਂ ਨੂੰ ਸਮਰਪਿਤ ਸਾਡਾ ਇਹ ਪ੍ਰੋਗਰਾਮ। ਅੱਜ 120ਵਾਂ ਪ੍ਰੋਗਰਾਮ ਹੈ, 3 ਨਾਟਕ ਹੋਣਗੇ, ਆਪਾਂ ਨਾਟਕ ਨਾਲ ਜੁੜਦੇ ਹਾਂ। ਸਭ ਤੋਂ ਪਹਿਲਾਂ ਨਾਟਕ ਇੱਕ ਵਾਰ ਫਿਰ ਮੈਂ, ਜਿੰਨੇ ਹੁਣ ਸਾਡੇ ਦੋਸਤ ਆਏ ਨੇ, ਜਗਦੀਪ ਬਾਈ ਹੋਰੀ ਜਾਂ ਹੋਰ ਜਿੰਨੇ ਵੀ ਦੋਸਤ ਆਏ ਨੇ, ਸੁਖਚੈਨ ਜੀ ਸਾਡੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ, ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਨੇ। ਸੋ ਸਾਰੇ ਦੋਸਤਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਤਾਂ ਕਿ ਕਲਾਕਾਰਾਂ ਨੂੰ ਕੋਈ ਦਿੱਕਤ ਨਾ ਆਵੇ। ਸੋ ਪਹਿਲਾ ਨਾਟਕ ਅਭਿਜੀਤ ਕੌਰ ਜੰਗਲ ਦੀ ਚੀਕ ਤੁਹਾਡੇ ਸਾਹਮਣੇ ਪੇਸ਼ ਕਰਦਾ।